वेलकम माय डियर स्टूडेंट्स बेटा 8ਵੀਂ ਅਤੇ 10ਵੀਂ ਕਲਾਸ ਦੀ ਟਰਮ 1 ਦੀ ਡੇਟਸ਼ੀਟ ਪਹਿਲਾਂ ਹੀ ਆ ਚੁੱਕੀ ਹੈ ਤੇ ਉਸ ਦੀ ਵੀਡੀਓ ਮੈਂ ਪਹਿਲਾਂ ਹੀ ਅਪਲੋਡ ਕਰ ਚੁੱਕੀ ਹਾਂ ਤੇ ਅੱਜ ਬੇਟਾ ਆਪਣੀ ਜਿਹੜੀ 6ਵੀਂ 7ਵੀਂ ਤੇ 9ਵੀਂ ਦੀ ਡੇਟਸ਼ੀਟ ਵੀ ਆ ਚੁੱਕੀ ਹੈ ਤਾਂ ਚਲੋ ਆਪਾਂ ਦੇਖਦੇ ਹਾਂ ਕਿ ਕਿਹੜੇ ਦਿਨ ਕਿਹੜਾ ਪੇਪਰ ਹੈ ਤੇ ਇਸ ਦੀਆਂ ਕੀ ਇਨਸਟਰਕਸ਼ਨਸ ਨੇ ਕੀ ਹਦਾਇਤਾਂ ਦਿੱਤੀਆਂ ਗਈਆਂ ਨੇ ਤਾਂ ਸਭ ਤੋਂ ਪਹਿਲਾਂ ਦੇਖੋ ਬੇਟਾ ਤੁਹਾਡੇ ਪੇਪਰ ਸ਼ੁਰੂ ਹੋ ਰਹੇ ਨੇ 9 ਦਸੰਬਰ 2021 ਠੀਕ ਹੈ ਜੀ 9 ਦਸੰਬਰ ਟਰਮ 1 2021 ਤੇ ਇਹਨਾਂ ਦੀ ਡੇਟਸ਼ੀਟ ਕਿਹੜੀ ਹੈ ਬੇਟਾ ਦੇਖੋ 6ਵੀਂ 7ਵੀਂ ਤੇ 9ਵੀਂ ਇਹ ਤਿੰਨ ਦਿਖਾਨੀ ਦੇਖਣੇ ਆ ਤੁਸੀਂ ਠੀਕ ਹੈ 9 12 2021 ਦਿਨ ਵੀਰਵਾਰ ਨੂੰ 6ਵੀਂ ਕਲਾਸ ਦਾ ਪੇਪਰ ਹੈਗਾ ਬੇਟਾ ਪੰਜਾਬੀ ਤੇ ਮੈਥ ਤੁਹਾਡੇ ਇੱਕ ਦਿਨ ਦੇ ਵਿੱਚ ਦੋ ਪੇਪਰ ਹੋਣੇ ਆ ਸੇਮ ਬੱਚੇ 7ਵੀਂ ਕਲਾਸ ਦਾ ਵੀ 9 ਤਰੀਕ ਨੂੰ ਪਹਿਲੀ ਭਾਸ਼ਾ ਅਤੇ ਗਣਿਤ ਦਾ ਪੇਪਰ ਤੇ 9ਵੀਂ ਕਲਾਸ ਦਾ ਬੇਟਾ ਹੈਗਾ ਸਾਇੰਸ ਦਾ ਪੇਪਰ ਠੀਕ ਹੈ ਜੀ ਫਿਰ ਹੈਗਾ ਆਪਣੇ ਕੋਲੇ 10 ਦਸੰਬਰ 2021 ਦਿਨ ਸ਼ੁੱਕਰਵਾਰ ਨੂੰ 6ਵੀਂ ਕਲਾਸ ਦਾ ਪੇਪਰ ਹੈਗਾ ਦੂਜੀ ਭਾਸ਼ਾ ਹਿੰਦੀ ਅਤੇ ਸਮਾਜਿਕ ਵਿਗਿਆਨ ਦਾ ਤੇ 7ਵੀਂ ਦਾ ਵੀ ਦੂਜੀ ਭਾਸ਼ਾ ਹਿੰਦੀ ਅਤੇ ਸਮਾਜਿਕ ਵਿਗਿਆਨ 9ਵੀਂ ਕਲਾਸ ਦਾ ਪੇਪਰ ਹੈਗਾ ਹਿੰਦੀ ਦਾ ਨੈਕਸਟ ਦੇਖੋ ਹਾਂਜੀ 6ਵੀਂ ਕਲਾਸ ਦਾ 13 ਦਸੰਬਰ 2021 ਦਿਨ ਸੋਮਵਾਰ ਨੂੰ 6ਵੀਂ ਕਲਾਸ ਦਾ ਪੇਪਰ ਹੈਗਾ ਮੈਂ ਥੋੜਾ ਇੱਧਰ ਕਰ ਲਾਂ ਇੰਗਲਿਸ਼ ਤੇ ਸਾਇੰਸ ਦਾ ਸੇਮ ਆਪਣਾ ਇਹ 6ਥ ਕਲਾਸ ਹੈ ਬੇਟਾ ਇਹ 7ਥ ਹੈ ਇਹ 9ਥ ਤੇ ਆਪਣੇ ਕੋਲੇ 7ਥ ਦਾ ਵੀ ਹੈਗਾ ਇੰਗਲਿਸ਼ ਤੇ ਸਾਇੰਸ ਦਾ ਤੇ 9ਥ ਕਲਾਸ ਦਾ ਹੈਗਾ ਮੈਥ ਦਾ ਠੀਕ ਹੈ ਬੇਟਾ ਇੰਨਾ ਪਤਾ ਲੱਗ ਗਿਆ ਨੋਟ ਕਰ ਲਿਓ ਇਹਨੂੰ ਆਪਣੀ ਨੋਟਬੁੱਕਸ ਤੇ ਅਗਲਾ ਜਿਹੜਾ ਹੈਗਾ 14 ਦਸੰਬਰ ਨੂੰ 14 ਦਸੰਬਰ ਨੂੰ ਦਿਨ ਮੰਗਲਵਾਰ ਨੂੰ 9ਵੀਂ ਕਲਾਸ ਦਾ ਪੇਪਰ ਹੈਗਾ ਪੰਜਾਬੀ A ਪੰਜਾਬੀ B ਠੀਕ ਹੈ 6ਵੀਂ 7ਵੀਂ ਦਾ ਇਸ ਦਿਨ ਪੇਪਰ ਨਹੀਂ ਹੈ ਖਤਮ ਹੋ ਚੁੱਕੇ ਨੇ 15 ਦਸੰਬਰ 2021 ਦਿਨ ਬੁੱਧਵਾਰ ਨੂੰ 9ਵੀਂ ਕਲਾਸ ਦਾ ਪੇਪਰ ਹੈਗਾ ਸਮਾਜਿਕ ਵਿਗਿਆਨ ਦਾ 16 ਦਸੰਬਰ 2021 ਦਿਨ ਵੀਰਵਾਰ ਨੂੰ 9ਵੀਂ ਕਲਾਸ ਦਾ ਪੇਪਰ ਹੈਗਾ ਅੰਗਰੇਜ਼ੀ ਦਾ ਠੀਕ ਹੈ ਜੀ ਤਾਂ ਇਹ ਸੀਗੀ ਬੇਟਾ ਤੁਹਾਡੀ ਡੇਟ ਸ਼ੀਟ ਇਸ ਦੀ ਮੈਂ ਇੱਕ ਪਿਕ ਕਮਿਊਨਿਟੀ ਸੈਕਸ਼ਨ ਦੇ ਵਿੱਚ ਵੀ ਅਪਲੋਡ ਕਰ ਦਾਂਗੀ ਹੁਣ ਹੈਗੀਆਂ ਨੇ ਤੁਹਾਡੀਆਂ ਪੇਪਰ ਦੇ ਲਈ ਹਦਾਇਤਾਂ ਦੇਖੋ ਦੀ 6ਵੀਂ ਅਤੇ 7ਵੀਂ ਜਮਾਤ ਦੇ ਲਈ ਕੀ ਹਦਾਇਤਾਂ ਨੇ ਬੋਰਡ ਵੱਲੋਂ ਪਹਿਲੀ ਗੱਲ 6ਵੀਂ ਅਤੇ 7ਵੀਂ ਦੀ ਜਿਹੜੀ ਟਰਮ 1 ਦੀ ਪ੍ਰੀਖਿਆ ਉਹ ਕਿੰਨੇ ਸਬਜੈਕਟਾਂ ਦੀ ਹੋਣੀ ਹੈ ਬੇਟਾ 6 ਸਬਜੈਕਟਾਂ ਦੀ ਕਿੰਨੇ ਸਬਜੈਕਟਾਂ ਦਾ ਪੇਪਰ ਹੋਣਾ ਹੈ 6 ਦਾ ਤੇ ਤਿੰਨ ਦਿਨਾਂ ਦੇ ਵਿੱਚ ਇਹ ਪੇਪਰ ਹੋ ਜਾਣੀ ਹੈ ਦੋ ਦੋ ਪੇਪਰ ਨੇ ਨਾ ਅਗਲੀ ਹਦਾਇਤ ਕੀ ਹੈ ਕਿ ਪਹਿਲੇ ਦਿਨ ਪਹਿਲੀ ਭਾਸ਼ਾ ਅਤੇ ਗਣਿਤ ਦਾ ਇਕੱਠਾ ਪੇਪਰ ਹੋਊਗਾ ਤੇ ਤੁਹਾਨੂੰ ਟਾਈਮ ਕਿੰਨਾ ਮਿਲਣਾ ਹੈ ਬੇਟਾ 3 ਘੰਟੇ ਦਾ ਦੂਜੇ ਦਿਨ ਤੁਹਾਡਾ ਹਿੰਦੀ ਤੇ ਸਮਾਜਿਕ ਵਿਗਿਆਨ ਦਾ ਪੇਪਰ ਹੈ ਤੇ ਉਹਦੇ ਲਈ ਵੀ ਟਾਈਮ ਕਿੰਨਾ ਹੈ 3 ਘੰਟੇ ਦਾ ਤੀਜੇ ਦਿਨ ਇੰਗਲਿਸ਼ ਤੇ ਸਾਇੰਸ ਵਿਸ਼ੇ ਦਾ ਹੈ ਤੇ ਸਮਾਂ ਹੈਗਾ 3 ਘੰਟੇ ਦਾ ਠੀਕ ਹੈ ਜੀ ਇਹ ਸਮਝ ਲੱਗ ਗਿਆ ਹੁਣ ਦੇਖੋ ਹਰੇਕ ਵਿਸ਼ੇ ਦੇ ਪ੍ਰਸ਼ਨ ਪੱਤਰ ਲਈ ਤੁਹਾਨੂੰ ਕੀ ਆਉਣੇ ਨੇ 40 ਐਮਸੀਕਿਊਜ਼ ਮਤਲਬ 40 ਕੁਐਸਚਨ ਆਉਣੇ ਨੇ ਜਿਹੜੇ ਚਾਰ-ਚਾਰ ਆਪਸ਼ਨਾਂ ਦਿੱਤੀਆਂ ਹੋਣਗੀਆਂ ਤੁਸੀਂ ਇੱਕ ਟਿਕ ਕਰਨੀ ਹੋਊਗੀ ਠੀਕ ਹੈ ਤੇ ਇਹਨਾਂ ਦੇ ਉੱਤਰ ਵਿਦਿਆਰਥੀ ਵੱਲੋਂ ਓ ਐਮ ਆਰ ਸ਼ੀਟ ਤੇ ਭਰੇ ਜਾਣਗੇ ਹਰੇਕ ਪ੍ਰਸ਼ਨ ਦਾ ਇੱਕ ਅੰਕ ਹੋਵੇਗਾ ਇਹ ਪ੍ਰੀਖਿਆ ਹਰ ਵਿਸ਼ੇ ਦੇ 50% ਪਾਠਕ੍ਰਮ ਅਨੁਸਾਰ ਲਈ ਜਾਊਗੀ ਤੋ ਜਿਹੜਾ ਸਿਲੇਬਸ ਹੈ ਬੇਟਾ ਹਰੇਕ ਸਬਜੈਕਟ ਦਾ ਹੁਣ ਤੱਕ ਤੁਸੀਂ ਸਾਰੇ ਸਬਜੈਕਟਾਂ ਦਾ ਨੋਟ ਕਰ ਲਿਆ ਹੋਊਗਾ ਜੇ ਹਲੇ ਵੀ ਕਿਸੇ ਇੱਕ ਸਬਜੈਕਟ ਦਾ ਕੁਝ ਰਹਿੰਦਾ ਹੈ ਤੁਹਾਡਾ ਸਿਲੇਬਸ ਨੋਟ ਕਰਨਾ ਤਾਂ ਆਪਣੇ ਅਧਿਆਪਕ ਸਾਹਿਬਾਂ ਤੋਂ ਪਤਾ ਕਰਕੇ ਆਪਣਾ ਸਿਲੇਬਸ ਨੋਟ ਕਰ ਲਓ ਤੇ ਤਿਆਰੀ ਸ਼ੁਰੂ ਕਰ ਤੋ ਅਗਲਾ ਦੇਖੋ ਹਦਾਇਤ ਤਿੰਨੇ ਦਿਨਾਂ ਲਈ ਜਿਹੜੀ OMR ਸ਼ੀਟ ਹੈ ਉਸ ਤੇ ਉੱਤਰ ਭਰਨ ਲਈ ਤੁਹਾਨੂੰ 1 ਤੋਂ 80 ਤੱਕ ਖਾਨੇ ਮਿਲਣਗੇ 1 ਤੋਂ 80 ਤਾਂ ਇਹਦਾ ਮਤਲਬ ਹੈ ਬੇਟੇ ਜਿਹੜਾ ਤੁਹਾਡਾ ਪਹਿਲਾ ਪੇਪਰ ਹੋਊਗਾ ਤੁਸੀਂ ਉਹਦੇ ਤੇ 1 ਤੋਂ 40 ਤੱਕ ਆਪਣੀਆਂ ਬਾਕਸਿਸ ਭਰ ਦੇਣੇ ਨੇ ਜੋ ਤੁਹਾਡਾ ਨੈਕਸਟ ਪੇਪਰ ਸ਼ੁਰੂ ਹੋਊਗਾ ਉਦੋਂ ਤੁਸੀਂ 41 ਤੋਂ 80 ਤੱਕ ਜਿਹੜੇ ਨੇ ਕੁਸ਼ਣਾਂ ਦੇ ਆਨਸਰ ਭਰਨੇ ਹੋਣਗੇ ਠੀਕ ਹੈ ਬੇਟਾ ਸਮਝ ਲੱਗੀ ਗੱਲ ਹੁਣ ਦੇਖੋ ਨੌਵੀਂ ਸ਼੍ਰੇਣੀ ਵਾਸਤੇ ਕੀ ਹਦਾਇਤਾਂ ਨੇ ਨੌਵੀਂ ਸ਼੍ਰੇਣੀ ਲਈ ਟਰਮ ਵਨ ਦੀ ਜਿਹੜੀ ਛੇ ਮੁੱਖ ਵਿਸ਼ਿਆਂ ਦੀ ਜਿਹੜੀ ਪ੍ਰੀਖਿਆ ਠੀਕ ਹੈ ਉਹ ਛੇ ਦਿਨਾਂ ਵਿੱਚ ਲਈ ਜਾਊਗੀ ਤਾਂ ਨੌਵੀਂ ਕਲਾਸ ਦੇ ਪੇਪਰ ਕਿੰਨੇ ਦਿਨਾਂ 'ਚ ਮੁੱਕਣਗੇ ਜੀ ਛੇ ਦਿਨਾਂ ਦੇ ਵਿੱਚ ਹਰੇਕ ਵਿਸ਼ੇ ਦੇ ਪੰਜਾਬੀ ਤੇ ਪੰਜਾਬ ਹਿਸਟਰੀ ਐਂਡ ਕਲਚਰ ਇਹਨੂੰ ਛੱਡ ਕੇ ਪ੍ਰੀਖਿਆ ਦਾ ਸਮਾਂ ਕਿੰਨਾ ਹੋਊਗਾ ਡੇਢ ਘੰਟੇ ਦਾ ਕਿੰਨਾ ਸਮਾਂ ਹੋਊਗਾ ਬੇਟਾ ਡੇਢ ਘੰਟੇ ਦਾ ਹਰੇਕ ਵਿਸ਼ੇ ਉਹਦੇ ਵਿੱਚ ਵੀ ਦੇਖੋ ਪੰਜਾਬੀ ਤੇ ਪੰਜਾਬ ਹਿਸਟਰੀ ਐਂਡ ਕਲਚਰ ਛੱਡਿਆ ਹਰੇਕ ਵਿਸ਼ੇ ਦੇ ਪ੍ਰਸ਼ਨ ਪੱਤਰ ਲਈ 40 ਜਿਹੜੇ ਨੇ ਬਹੁਵਿਕਲਪੀ ਉੱਤਰ ਮਤਲਬ 40 ਐਮਸੀਕਿਊਜ਼ ਹੀ ਹੋਣਗੇ ਜਿਨ੍ਹਾਂ ਦੇ ਉੱਤਰ ਵਿਦਿਆਰਥੀ ਵੱਲੋਂ OMR ਸ਼ੀਟ ਤੇ ਭਰੇ ਜਾਣਗੇ ਹਰੇਕ ਪ੍ਰਸ਼ਨ ਦਾ ਇੱਕ ਅੰਕ ਹੋਵੇਗਾ ਠੀਕ ਹੈ ਜੀ ਇਹ ਗੱਲ ਕਲੀਅਰ ਹੋ ਗਈ ਤਾਂ ਪੰਜਾਬੀ A B ਤੇ ਪੰਜਾਬ ਹਿਸਟਰੀ ਐਂਡ ਕਲਚਰ A B ਦੋ ਪੇਪਰ ਹੁੰਦੇ ਨੇ ਬੇਟਾ ਜਿਹੜੇ ਬੱਚੇ ਪੰਜਾਬੀ ਨਹੀਂ ਲੈਂਦੇ ਜਿਨ੍ਹਾਂ ਦਾ ਪੰਜਾਬੀ ਬੈਕਗ੍ਰਾਉਂਡ ਨਹੀਂ ਹੁੰਦਾ ਉਹ ਪੰਜਾਬ ਹਿਸਟਰੀ ਐਂਡ ਕਲਚਰ ਵਿਸ਼ਾ ਲੈਂਦੇ ਹੁੰਦੇ ਆ ਠੀਕ ਹੈ ਤੇ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ ਆਪਣਾ ਪੰਜਾਬੀ A ਐਂਡ B ਪੇਪਰ ਆ ਜਿਹੜਾ ਉਸ ਦੀ ਲਿਖਤੀ ਪ੍ਰੀਖਿਆ ਇੱਕੋ ਹੀ ਦਿਨ ਹੋਊਗੀ ਤੇ ਪ੍ਰੀਖਿਆ ਦਾ ਸਮਾਂ ਕਿੰਨਾ ਹੋਊਗਾ 2 ਘੰਟੇ ਤਾਂ ਬੇਟਾ ਯਾਦ ਰੱਖਣਾ ਜਿੱਦਾਂ ਤੁਹਾਡਾ ਪੰਜਾਬੀ ਦਾ ਪੇਪਰ ਹੋਏਗਾ ਉਹ 2 ਘੰਟੇ ਦਾ ਹੋਏਗਾ ਤੇ ਉਹਦੇ ਵਿੱਚ ਪੰਜਾਬੀ A ਅਤੇ B ਦੋਨੋਂ ਹੋਣਗੇ ਤੇ ਕੁੱਲ ਪ੍ਰਸ਼ਨ ਕਿੰਨੇ ਹੋਣਗੇ ਉਹਦੇ ਵਿੱਚ 60 30 ਪ੍ਰਸ਼ਨ ਨੇ ਜਿਹੜੇ ਉਹ ਪੰਜਾਬੀ A ਪੇਪਰ 'ਚ ਹੋਣਗੇ ਤੇ 30 ਪ੍ਰਸ਼ਨ ਜਿਹੜੇ ਨੇ ਉਹ ਪੰਜਾਬੀ B ਪੇਪਰ ਲਈ ਹੋਣਗੇ ਤੇ ਇਹ ਵੀ ਜਿਹੜੇ ਨੇ MCQ ਟਾਈਪ ਹੋਣਗੇ OMR ਸ਼ੀਟ ਤੇ ਭਰਨੇ ਆ ਤੇ ਹਰੇਕ ਪ੍ਰਸ਼ਨ ਜਿਹੜਾ ਹੈ ਉਹ 1 ਨੰਬਰ ਦਾ ਹੋਵੇਗਾ ਸੇਮ ਬੇਟਾ 6ਵੀਂ ਉਹ 7ਵੀਂ ਦੀ ਤਰ੍ਹਾਂ ਤੁਹਾਡਾ ਵੀ ਸਿਲੇਬਸ 50% ਹੋਊਗਾ ਠੀਕ ਹੈ ਟਰਮ 1 ਦੇ ਲਈ 50% ਮਤਲਬ ਅੱਧਾ ਪਾਠਕ੍ਰਮ ਤੇ ਸਿਲੇਬਸ ਤੁਸੀਂ ਨੋਟ ਡਾਊਨ ਕਰ ਲਿਆ ਹੋਊਗਾ ਓਐਮਆਰ ਸ਼ੀਟ ਤੇ ਉੱਤਰ ਭਰਨ ਲਈ ਤੁਹਾਨੂੰ 1 ਤੋਂ 60 ਤੱਕ ਖਾਨੇ ਮਿਲਣਗੇ ਵੈਸੇ ਤਾਂ 40 40 ਕੁਐਸਚਨ ਨੇ ਪਰ ਦੇਖੋ ਜਿਹੜਾ ਪੰਜਾਬੀ ਦਾ ਸੀਗਾ ਆਪਾਂ ਹੁਣੀ-ਹੁਣੀ ਪੜਿਆ ਸੀ ਵੀ ਪੰਜਾਬੀ ਦੇ ਜਿਹੜੇ ਹੈਗੇ ਨੇ A ਤੇ B ਵਾਸਤੇ ਤੁਹਾਨੂੰ 60 ਪ੍ਰਸ਼ਨ ਆਉਣੇ ਨੇ ਇਸ ਕਰਕੇ ਤੁਹਾਡੀਆਂ OMR ਸ਼ੀਟਸ ਦੇ ਉੱਪਰ 1 ਤੋਂ 60 ਤੱਕ ਖਾਨੇ ਹੋਣਗੇ ਤਾਂ ਇਹ ਸੀ ਬੇਟਾ ਤੁਹਾਡੀ ਡੇਟ ਸ਼ੀਟ ਅਤੇ ਇਸ ਨਾਲ ਸੰਬੰਧਿਤ ਬਹੁਤ ਹੀ ਮਹੱਤਵਪੂਰਨ ਹਦਾਇਤਾਂ ਸਾਰੀਆਂ ਇਨਸਟਰਕਸ਼ਨਸ ਨੂੰ ਧਿਆਨ ਨਾਲ ਸੁਣ ਕੇ ਆਪਣੇ ਦਿਮਾਗ ਦੇ ਵਿੱਚ ਬਿਠਾ ਲੈਣਾ ਇਹਨਾਂ ਨੂੰ ਕਿਤੇ ਨੋਟ ਡਾਊਨ ਕਰਕੇ ਵੀ ਰੱਖ ਸਕਦੇ ਹੋ ਤੇ ਇਸ ਦੀ ਮੈਂ ਇੱਕ ਪਿਕ ਕਮਿਊਨਿਟੀ ਸੈਕਸ਼ਨ 'ਚ ਵੀ ਅਪਲੋਡ ਕਰ ਦੂੰਗੀ ਤੁਸੀਂ ਆਪਣੀ ਨੋਟਬੁੱਕ ਤੇ ਨੋਟ ਕਰਕੇ ਆਪਣੀ ਡੇਟ ਸ਼ੀਟ ਦੇ ਅਨੁਸਾਰ ਹੀ ਤਿਆਰੀ ਕਰਨੀ ਸ਼ੁਰੂ ਕਰ ਦੇਵੋ ਆਕੇ ਟਰਮ 1 ਦੇ ਵਿੱਚ ਤੁਹਾਡੇ ਵਧੀਆ ਤੋਂ ਵਧੀਆ ਨੰਬਰ ਆ ਸਕਣ ਤੇ ਇਹਦੇ ਵਿੱਚ ਬੇਟਾ ਇੱਕ ਗੱਲ ਇਹ ਵੀ ਧਿਆਨ ਵਿੱਚ ਰੱਖਣੀ ਹੈ ਕਿ ਜਿਹੜੀ ਟਰਮ 1 ਦੀ ਪ੍ਰੀਖਿਆ ਠੀਕ ਹੈ ਉਹਦਾ ਤੇ ਟਰਮ 2 ਦੋਨਾਂ ਦਾ ਜਿਹੜਾ ਰਿਜ਼ਲਟ ਹੈ ਜੋੜ ਕੇ ਤੁਹਾਡਾ ਸਾਲਾਨਾ ਨਤੀਜਾ ਬਣੇਗਾ ਦੇਖੋ ਇਸ ਹਦਾਇਤ ਦੇ ਵਿੱਚ ਲਿਖਿਆ ਹੋਇਆ ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਵਿਸ਼ਾ ਅਧਿਆਪਕ ਵਿਦਿਆਰਥੀਆਂ ਦੇ ਪੇਪਰ ਚੈੱਕ ਕਰਨ ਉਪਰੰਤ ਅਪੋਰਡਰ ਲਿਸਟਾ ਤਿਆਰ ਕਰਨਗੇ ਤੇ ਜਮਾਤ ਵਾਈਜ਼ ਇਹਨਾਂ ਦਾ ਰਿਕਾਰਡ ਰੱਖਣ ਤਾਂ ਕਿ ਟਰਮ 2 ਦੀਆਂ ਪ੍ਰੀਖਿਆਵਾਂ ਹੋਣ ਤੋਂ ਬਾਅਦ ਹਰੇਕ ਵਿਦਿਆਰਥੀ ਦਾ ਸੰਯੁਕਤ ਸਲਾਨਾ ਨਤੀਜਾ ਤਿਆਰ ਕੀਤਾ ਜਾ ਸਕੇ ਠੀਕ ਹੈ ਬੇਟਾ ਤੁਹਾਡਾ ਜਿਹੜਾ ਰਿਜ਼ਲਟ ਹੈ ਉਹ 21 ਦਸੰਬਰ 2021 ਤੱਕ ਸਾਰੇ ਟੀਚਰਸ ਤਿਆਰ ਕਰ ਲੈਣਗੇ 23 ਅਤੇ 24 ਤੱਕ ਜਿਹੜੀ ਹੈ ਤੁਹਾਡੀ ਪੀਟੀਐਮ ਮਾਪੇ ਅਧਿਆਪਕ ਮਿਲਣੀ ਕਰਵਾਈ ਜਾਵੇਗੀ ਠੀਕ ਹੈ ਬੇਟਾ ਤਾਂ ਇਹ ਤੁਹਾਡੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਿਓ ਰਿਜ਼ਲਟ ਦੀ ਡੇਟ ਤੁਹਾਨੂੰ ਦੱਸਤੀ ਡੇਟ ਸ਼ੀਟ ਤੁਹਾਨੂੰ ਦੱਸਤੀ ਸਾਰੀਆਂ ਹਦਾਇਤਾਂ ਤੁਹਾਨੂੰ ਦੱਸ ਦਿੱਤੀਆਂ ਗਈਆਂ ਠੀਕ ਹੈ ਬੇਟਾ ਜੀ ਬਾਈ ਬੱਚੇ ਬੈਸਟ ਆਫ ਲੱਕ ਫॉर ਯੂ ਐਗਜ਼ਾਮ